ਆ ਜਾਓ ਜੀ, ਆ ਜਾਓ ਅੱਪੂ ਸਾਹਿਬ ਜੀ, ਆ ਜਾਓ ਇੱਧਰ ਆ ਜਾਓ। ਲਓ ਜੀ ਮੈਂ ਤੈਅ ਕਰੋ ਧੰਨਵਾਦ ਕਰਦੇ ਹੋ, ਖਿੱਚੋ ਖਿੱਚੋ ਤੁਸੀਂ ਸਿੱਧ ਕਰੋ। ਹਾਂਜੀ ਲਓ ਜੀ, ਪਰਵਿੰਦਰ ਪਹਿਲਵਾਨ ਜੀ ਡੂਮ ਸਿਟੀ, ਵਿਕਾਸ ਪਹਿਲਵਾਨ ਦਿੱਲੀ, ਝੰਡੀ ਦੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ। ਇੱਕ ਵਾਰ ਦੋਨਾਂ ਪਹਿਲਵਾਨਾਂ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜੀ। ਵਾਹ ਜੀ ਵਾਹ। ਹਾਂ ਬਈ ਉੱਧਰ ਆ ਜੋ ਕਿ ਬਹੁਤ ਹੀ ਸਤਿਕਾਰਯੋਗ ਸਾਡੇ ਜ਼ਿੰਦਗੀ ਦੇ ਪਰਮ ਪਿਆਰੇ ਵੀਰ ਹੈ ਬਰਜਿੰਦਰ ਸਿੰਘ ਜੀ, ਬਬਲੂ ਲੋਪੋਂ ਉਚੇਚੇ ਤੌਰ ਤੇ ਪੁੱਜੇ ਨੇ ਮੇਰੇ ਵੀਰਾਂ ਦਾ ਇੱਥੇ ਪੁੱਜਣ ਦੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਲਓ ਜੁੜੀਏ ਗੋਲ ਜਿਹੇ ਦਾਇਰੇ ਦੇ ਨਾਲ। ਸਰਦਾਰ ਹਰਬੰਸ ਸਿੰਘ ਜੀ ਅੱਪੂ ਸਾਹਿਬ ਕਿੱਥੇ ਬੈਠੇ ਹੋ? ਲਓ ਹੁਣ ਤੁਹਾਡੇ ਸਾਹਮਣੇ ਕੁਸ਼ਤੀ ਸਿਰੇ ਦੀ ਹੈ। ਸਰਦਾਰ ਗੁਰਦੀਪ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਵੀ ਸਾਹਮਣੇ ਕੁਸ਼ਤੀ ਬਹੁਤ ਹੀ ਸ਼ਾਨਦਾਰ ਤੇ ਜਾਨਦਾਰ। ਬਰਜਿੰਦਰ ਸਿੰਘ ਜੀ, ਬਬਲੂ ਲੋਪੋ ਸਾਹਿਬ ਤੁਹਾਨੂੰ ਫਿਰ ਇੱਕ ਵਾਰ ਨਿੱਘੀ ਜੀਆਂ ਨੂੰ ਆਖਦੇ ਆ ਜੀ। ਜੋ ਪਹਿਲਵਾਨ ਜਿੱਤੇਗਾ ਝੰਡੀ ਦੀ ਕੁਸ਼ਤੀ ਉਸ ਨੂੰ ਇਹ ਇਨਾਮ ਦਿੱਤਾ ਜਾਵੇਗਾ। ਹਾਂ ਇਹ ਇਨਾਮ ਸਾਡੇ ਅਲੀ ਬੰਬ ਉਹਨਾਂ ਦੇ ਕੋਲ ਇਹ ਇਕੱਤਰਿਤ ਕੀਤਾ ਜਾ ਰਿਹਾ। ਹੋਰ ਵੀ ਜਿਸੇ ਮੇਰੇ ਵੀਰ ਨੇ ਕੁਸ਼ਤੀ ਤੇ ਝੰਡੀ ਤੇ ਨਾਮ ਲਾਉਣਾ ਉਧਰ ਪਰਮਿੰਦਰ ਪਹਿਲਵਾਨ ਜੀ ਉੱਪਰ। ਸਰਦਾਰ ਜਸਵਿੰਦਰ ਸਿੰਘ ਜੀ ਗੋਗੀ ਨਗਰ ਪਿੰਡ ਫੜੌਦੀ ਤੋਂ ਉਚੇਚੇ ਤੌਰ ਤੇ ਵੱਡਾ ਮਾਣ ਸਨਮਾਨ ਹੈ ਜੀ, ਬਹੁਤ ਵੱਡੇ ਸਹਿਯੋਗ ਨੇ ਸਰਦਾਰ ਭੋ ਸਾਹਿਬ ਦੀ ਤਰਫੋਂ ਦਿੱਤਾ ਜਾ ਰਿਹਾ। ਬਈ ਜੇ ਕੁਸ਼ਤੀ ਵਧੀਆ ਲੱਗ ਰਹੀ ਹੈ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਇਹਨਾਂ ਪਹਿਲਵਾਨਾਂ ਦੇ ਨਾਂ ਤੇ ਬਣਾ ਕੇ ਜੀ। ਚਾਹ ਥੱਲੇ ਦੀ ਲੜਾਈ ਹੱਲੇ ਦੀ ਬਹੁਤ ਵਧੀਆ ਵੀ ਬਾਹ ਵੇਗਾ। ਮੈਂ ਹਾਂ ਪੁੱਤ ਪੰਜਾਬੀ ਮਾਂ ਦਾ, ਮੈਂ ਹਾਂ ਪੁੱਤ ਪੰਜਾਬੀ ਮਾਂ ਦਾ, ਸਿੱਕਾ ਚੱਲਦਾ ਮੇਰੇ ਨਾਂ ਦਾ। ਹੋਰ ਤਰੀਫਾਂ ਬੜੀਆਂ, ਮਾੜੇ ਕੰਮ ਕਦੇ ਨਹੀਂ ਕੀਤੇ ਤਾਂਹੀਓ ਗੁੱਡੀਆਂ ਚੜੀਆਂ, ਮਾੜੇ ਕੰਮ ਕਦੇ ਨਹੀਂ ਕੀਤੇ ਤਾਂਹੀਓ ਗੁੱਡੀਆਂ ਚੜੀਆਂ। ਹਾਂ ਬਈ ਕੁਸ਼ਤੀ ਕਹਿੰਦੇ ਆਰ ਪਾਰ ਕਰਵਾਈ ਜਾਣੀ ਹੈ। ਉਧਰ ਮੈਂ ਤਾਂ ਕਰੋ ਧੰਨਵਾਦ ਕਰਦਾ ਪ੍ਰੇਮ ਵੀ ਪਹਿਲਵਾਨ। ਵਾਹ ਜੀ ਵਾਹ, ਉਧਰ ਕੁਸ਼ਤੀ ਪੂਰੀ ਸਿਰੇ ਦੀ ਹੈ। ਲਓ ਮੈਂ ਕੁਸ਼ਤੀ ਪ੍ਰੇਮੀਆਂ ਨੂੰ ਬੇਨਤੀ ਕਰਾਂ ਵੀ ਜੇਕਰ ਤੁਹਾਨੂੰ ਸਾਡੇ ਪ੍ਰਬੰਧ ਵਧੀਆ ਲੱਗੇ, ਅਖਾੜੇ ਵਿੱਚ ਘੋੜਦੇ ਮੱਲ ਵਧੀਆ ਲੱਗੇ ਤਾਂ ਉਸ ਪਰਮਾਤਮਾ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ, ਜ਼ੋਰਦਾਰ ਤਾੜੀ ਮਾਰ ਦਿਓ। ਵਾਹ ਜੀ ਵਾਹ। ਸਰਦਾਰ ਅਮਰੀਕ ਸਿੰਘ ਜੀ ਢਿੱਲੋਂ ਸਾਹਿਬ, MLA ਹਲਕਾ ਸਮਰਾੜਾ, ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਉਧਰ ਮਾਰਦਨ ਦਾ ਗੋਡਾ ਚੜਿਆ ਵੀ ਪ੍ਰਵਿੰਦਰ ਪਹਿਲਵਾਨ ਨੇ ਗਰਦਨ ਤੇ ਗੋਡਾ ਚੜਿਆ। ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ। ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਹੈ, ਮੱਲ ਨੂੰ ਤੰਗ ਗੋਡਾ ਕਰਦਾ। ਜਦੋਂ ਮੱਲ ਦੀ ਗਰਦਨ ਤੇ ਗੋਡਾ ਧਰਿਆ ਹੁੰਦਾ ਮੱਲ ਬੜਾ ਤੰਗ ਹੁੰਦਾ, ਮੱਲ ਨੂੰ ਤੰਗ ਗੋਡਾ ਕਰਦਾ। ਬਈ ਕੁੱਤੇ ਨੂੰ ਚੌਲ ਪੁਰਾਣੇ, ਘੋੜੇ ਨੂੰ ਤੰਗ ਚਾਬਕ ਕਰਦਾ, ਤੀਮੀ ਨੂੰ ਬਹੁਤੇ ਨਿਆਣੇ। ਜਿਹੜੀ ਔਰਤ ਕੋਲੇ ਜ਼ਿਆਦਾ ਬੱਚੇ ਹੋਣ ਉਹ ਵੀ ਵਿਚਾਰੀ ਤੰਗ ਹੁੰਦੀ ਹੈ। ਕੰਮ ਵਿੱਚ ਅੱਕੀ ਹੋਈ ਬੱਚਿਆਂ ਨੂੰ ਨਵਾਉਣ ਲੱਗੀ ਕੱਪੜੇ ਇਸ ਤਰ੍ਹਾਂ ਲਾ ਲਾ ਮਾਰਦੀ ਹੈ ਜਿਵੇਂ ਕੇਲੇ ਤੋਂ ਸਿਲਕ ਲਾਹੀਦਾ ਹੁੰਦਾ। ਉਹਨਾਂ ਗੱਲਾਂ ਦਾ ਅਸਰ ਕਰੀਏ ਜਿਹੜੇ ਕਹਿੰਦੇ ਨੇ ਲੋਕ ਸਿਆਣੇ, ਉਹਨਾਂ ਗੱਲਾਂ ਦਾ ਅਸਰ ਕਰੀਏ ਜਿਹੜੇ ਕਹਿੰਦੇ ਨੇ ਲੋਕ ਸਿਆਣੇ। ਮੱਲ ਨੂੰ ਤੰਗ ਗੋਡਾ ਕਰਦਾ, ਕੁੱਤੇ ਨੂੰ ਚੌਲ ਪੁਰਾਣੇ। ਪਰਵਿੰਦਰ ਪਹਿਲਵਾਨ ਨੇ ਗਰਦਨ ਤੇ ਗੋਡਾ ਧਰਿਆ ਸੀ, ਪਰ ਦਿੱਲੀ ਵਾਲਾ ਪਹਿਲਵਾਨ ਵੀ ਬਹੁਤ ਵਧੀਆ ਮੁਕਾਬਲੇ ਦੀ ਕੁਸ਼ਤੀ ਲੜਦਾ ਹੋਇਆ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ। ਪਰਵਿੰਦਰ ਪਹਿਲਵਾਨ ਜੀ ਡੂਮ ਸਿਟੀ ਪੰਜਾਬ ਪੁਲਿਸ ਦੇ DSP ਦੇ ਅਹੁਦੇ ਤੇ ਤੈਨਾਤ ਹੈ। ਵਰਲਡ ਪੁਲਿਸ ਦੇ ਵਿੱਚ 2 ਗੋਲਡ ਮੈਡਲ ਜਿੱਤੇ ਨੇ। ਅਲਟਾ ਖੋਟ ਕਾਗਜ਼ ਦਿੱਤਾ, ਬੱਲੇ ਬੱਲੇ ਜ਼ੋਰਦਾਰ ਤਾੜੀ ਮਾਰੋ ਦਿੱਲੀ ਵਾਲੇ ਪਹਿਲਵਾਨ ਦੇ ਨਾਂ ਤੇ ਬਣਾ ਕੇ ਬਈ। ਇੱਥੋਂ ਬਚਣਾ ਬੜਾ ਔਖਾ ਹੈਗਾ, ਬਹੁਤ ਵਧੀਆ ਕੁਸ਼ਤੀ, ਬਹੁਤ ਵਧੀਆ ਮਾਹੌਲ, ਤਾਂ ਬਲੋ ਧੰਨਵਾਦ ਕਰਦੇ ਹਾਂ ਜੀ। ਉਧਰ ਸੂਰਤ ਸਿੰਘ ਜੀ ਸਰਪੰਚ ਸਾਹਿਬ, ਉਹ ਬਣ ਗਏ ਨੇ ਸੁਪਰ ਸਟਾਰ ਮਿੱਤਰੋ, ਬਣ ਗਏ ਨੇ ਸੁਪਰ ਸਟਾਰ ਮਿੱਤਰੋ। ਸੱਟ ਖੁੰਡਾਂ ਤੇ ਬਹਿਣਾ ਅੱਤ ਪੈਂਦੀ ਗੱਪਾਂ ਦੀ, ਦੰਡ ਬੈਠਕਾਂ ਲਾ ਲੈ ਕੁਸ਼ਤੀ ਹੋ ਗਈ ਲੱਖਾਂ ਦੀ। ਉਧਰ ਜੀਤੀ ਪਹਿਲਵਾਨ ਜੀ ਆਪਣੇ ਸ਼੍ਰੀ ਵਾਛੀਵਾੜਾ ਸਾਹਿਬ ਜਿਹਨਾਂ ਨੂੰ ਮਾਣ ਸਨਮਾਨ, ਨਿੰਮਾ ਪਹਿਲਵਾਨ ਜੀ ਉਟਾਲਾ, ਨਿੰਮਾ ਪਹਿਲਵਾਨ ਜੀ ਉਟਾਲਾ ਨੂੰ ਬੇਨਤੀ ਹੈ ਸਨਮਾਨ ਲੈਣਗੇ ਜਿਹਨਾਂ ਨੇ ਅੱਜ ਦੇ ਸਖਾੜੇ ਦੇ ਵਿੱਚ। ਵਾਹ ਜੀ ਵਾਹ। ਫਾਸਟ ਵਿੱਚ ਇਹਨਾਂ ਤੋਂ ਜਿੰਨੇ ਵੀ ਸਾਡੇ ਮੀਡੀਆ ਪੱਤਰਕਾਰ ਭਾਈਚਾਰਾ ਪੁੱਜੇ ਹੈ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ। ਫਾਸਟ ਵੇ ਚੈਨਲ ਤੋਂ ਪਹੁੰਚੇ ਨੇ, ਇਸੇ ਤਰ੍ਹਾਂ ਸਾਡੇ Media 7 ਚੈਨਲ ਤੋਂ ਅੱਜ ਉਚੇਚੇ ਤੌਰ ਤੇ ਅੱਜ ਦਾ ਜਿਹੜਾ ਦੰਗਲ ਆ ਪੂਰੀ ਦੁਨੀਆ ਦੇ ਵਿੱਚ ਲਾਈਵ ਕੀਤਾ ਜਾ ਰਿਹਾ। ਇਹਨਾਂ ਵੀਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, Media 7 ਚੈਨਲ ਵਾਲੇ ਮੇਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਸਰਦਾਰ ਬਰਜਿੰਦਰ ਸਿੰਘ ਜੀ ਲੋਪੋ ਜੋ ਕਿ ਪ੍ਰਧਾਨ ਹੈ ਯੂਥ ਅਕਾਲੀ ਦਲ ਲੁਧਿਆਣਾ ਦਹਾਤੀ ਤੋਂ, ਵਾਹ ਜੀ ਵਾਹ, ਬੜੇ ਸਤਿਕਾਰ ਦੇ ਯੋਗ ਨੇ ਜਿਨ੍ਹਾਂ ਨੇ ਆਪਣੇ ਦਸਨ ਦੀ ਨੇਕ ਕਮਾਈ ਦੇ ਵਿੱਚੋਂ 2100 ਰੁਪਏ ਦਾ ਵੱਡਾ ਸਹਿਯੋਗ ਅੱਜ ਦੇ ਦੰਗਲ ਦੇ ਲਈ ਭੇਜਿਆ। ਲੋਪੋ ਸਾਹਿਬ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿੰਨੇ ਵੀ ਮੁਬਾਰਕ ਕਦਮ ਤੁਸੀਂ ਸਾਡੇ ਵਿਹੜੇ ਦੇ ਵਿੱਚ ਚੱਲ ਕੇ ਆਏ ਹੋ ਤੁਹਾਡਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। 2100 ਰੁਪਏ ਦਾ ਬਹੁਤ ਵੱਡਾ ਸਹਿਯੋਗ ਲੋਪੋ ਸਾਹਿਬ ਦੀ ਤਰਫੋਂ ਦਿੱਤਾ ਜਾ ਰਿਹਾ। ਬਈ ਜੇ ਕੁਸ਼ਤੀ ਵਧੀਆ ਲੱਗ ਰਹੀ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਇਹਨਾਂ ਪਹਿਲਵਾਨਾਂ ਦੇ ਨਾਂ ਤੇ ਬਣਾ ਕੇ ਜੀ।
ਹਾਂ ਤੇਰੇ ਆਹਾ ਚਾ ਥੱਲੇ ਦੀ ਲੜਾਈ ਹੱਲੇ ਦੀ ਬਹੁਤ ਵਧੀਆ ਵੀ ਵਾਹ ਵੀ ਵਾਹ ਮੈਂ ਹਾਂ ਪੁੱਤ ਪੰਜਾਬੀ ਮਾਂ ਦਾ ਮੈਂ ਹਾਂ ਪੁੱਤ ਪੰਜਾਬੀ ਮਾਂ ਦਾ ਸਿੱਕਾ ਚੱਲਦਾ ਮੇਰੇ ਨਾਂ ਦਾ ਹੋਰ ਤਰੀਫਾਂ ਬੜੀਆਂ ਮਾੜੇ ਕੰਮ ਕਦੇ ਨਹੀਂ ਕੀਤੇ ਤਾਂਹੀਓ ਗੁੱਡੀਆਂ ਚੜੀਆਂ ਮਾੜੇ ਕੰਮ ਕਦੇ ਨਹੀਂ ਕੀਤੇ ਤਾਂਹੀਓ ਗੁੱਡੀਆਂ ਚੜੀਆਂ ਹਾਂ ਬਈ ਕੁਸ਼ਤੀ ਕਹਿੰਦੇ ਆਰ ਪਾਰ ਕਰਵਾਈ ਜਾਣੀ ਹੈ ਉਧਰ ਮੈਂ ਤਾਂ ਵੀਰੇ ਧੰਨਵਾਦ ਕਰਦਾ ਪ੍ਰੇਮ ਦੀ ਪਹਿਲਵਾਨ ਵਾਹ ਜੀ ਵਾਹ ਉਧਰ ਕੁਸ਼ਤੀ ਪੂਰੀ ਸਿਰੇ ਦੀ ਹੈ ਲੋ ਮੈਂ ਕੁਸ਼ਤੀ ਪ੍ਰੇਮੀਆਂ ਨੂੰ ਬੇਨਤੀ ਕਰਾਂ ਵੀ ਜੇਕਰ ਤੁਹਾਨੂੰ ਸਾਡੇ ਪ੍ਰਬੰਧ ਵਧੀਆ ਲੱਗੇ ਅਖਾੜੇ ਵਿੱਚ ਘੋੜਦੇ ਮਲ ਵਧੀਆ ਲੱਗੇ ਤਾਂ ਉਸ ਪ੍ਰਮਾਤਮਾ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜ਼ੋਰਦਾਰ ਤਾੜੀ ਮਾਰ ਦਿਓ ਵਾਹ ਜੀ ਸਰਦਾਰ ਅਮਰੀਕ ਸਿੰਘ ਜੀ ਢਿੱਲੋਂ ਸਾਹਿਬ ਐਮਐਲਏ ਹਲਕਾ ਸਮਰਾੜਾ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਉਧਰ ਮਾਰਦਨ ਦਾ ਗੋਡਾ ਚੜਿਆ ਵੀ ਪ੍ਰਵਿੰਦਰ ਪਹਿਲਵਾਨ ਨੇ ਗਰਦਨ ਤੇ ਗੋਡਾ ਚੜਿਆ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਹੈ ਮਲ ਨੂੰ ਤੰਗ ਗੋਡਾ ਕਰਦਾ ਜਦੋਂ ਮਲ ਦੀ ਗਰਦਨ ਤੇ ਗੋਡਾ ਧਰਿਆ ਹੁੰਦਾ ਮਲ ਬੜਾ ਤੰਗ ਹੁੰਦਾ ਮਲ ਨੂੰ ਤੰਗ ਗੋਡਾ ਕਰਦਾ ਬਈ ਕੁੱਤੇ ਨੂੰ ਚੌਲ ਪੁਰਾਣੇ ਘੋੜੇ ਨੂੰ ਤੰਗ ਚਾਬਕ ਕਰਦਾ ਤੀਮੀ ਨੂੰ ਬਹੁਤੇ ਨਿਆਣੇ ਜਿਹੜੀ ਔਰਤ ਕੋਲੇ ਜ਼ਿਆਦਾ ਬੱਚੇ ਹੋਣ ਉਹ ਵੀ ਵਿਚਾਰੀ ਤੰਗ ਹੁੰਦੀ ਹੈ ਕੰਮ ਵਿੱਚ ਅੱਕੀ ਹੋਈ ਬੱਚਿਆਂ ਨੂੰ ਨਵਾਉਣ ਲੱਗੀ ਕੱਪੜੇ ਇਸ ਤਰ੍ਹਾਂ ਲਾ ਲਾ ਮਾਰਦੀ ਹੈ ਜਿਵੇਂ ਕੇਲੇ ਤੋਂ ਸਿਲਕ ਲਾਹੀਦਾ ਹੁੰਦਾ ਉਹਨਾਂ ਗੱਲਾਂ ਦਾ ਅਸਰ ਕਰੀਏ ਜਿਹੜੇ ਕਹਿੰਦੇ ਨੇ ਲੋਕ ਸਿਆਣੇ ਉਹਨਾਂ ਗੱਲਾਂ ਦਾ ਅਸਰ ਕਰੀਏ ਜਿਹੜੇ ਕਹਿੰਦੇ ਨੇ ਲੋਕ ਸਿਆਣੇ ਮਲ ਨੂੰ ਤੰਗ ਗੋਡਾ ਕਰਦਾ ਕੁੱਤੇ ਨੂੰ ਚੌਲ ਪੁਰਾਣੇ ਪ੍ਰਵਿੰਦਰ ਪਹਿਲਵਾਨ ਨੇ ਗਰਦਨ ਤੇ ਗੋਡਾ ਧਰਿਆ ਸੀ ਪਰ ਦਿੱਲੀ ਵਾਲਾ ਪਹਿਲਵਾਨ ਵੀ ਬਹੁਤ ਵਧੀਆ ਮੁਕਾਬਲੇ ਦੀ ਕੁਸ਼ਤੀ ਲੜਦਾ ਹੋਇਆ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਪ੍ਰਵਿੰਦਰ ਪਹਿਲਵਾਨ ਜੀ ਡੂਮਸੜੀ ਪੰਜਾਬ ਪੁਲਿਸ ਦੇ DSP ਦੇ ਅਹੁਦੇ ਤੇ ਤੈਨਾਤ ਹੈ ਬਲਟ ਪੁਲਿਸ ਦੇ ਵਿੱਚ 2 ਗੋਲਡ ਮੈਡਲ ਜਿੱਤੇ ਨੇ ਅਲਟਾ ਖੋਟ ਕੱਢ ਦਿੱਤਾ ਓਏ ਹੋਏ 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 ਬੱਲੇ ਬੱਲੇ ਜ਼ੋਰਦਾਰ ਤਾੜੀ ਮਾਰੋ ਦਿੱਲੀ ਵਾਲੇ ਪਹਿਲਵਾਨ ਦੇ ਨਾਤੇ ਬਣਾ ਕੇ ਬਈ ਇੱਥੋਂ ਬਚਣਾ ਬੜਾ ਔਖਾ ਹੈਗਾ ਬਹੁਤ ਵਧੀਆ ਕੁਸ਼ਤੀ ਬਹੁਤ ਵਧੀਆ ਮਾਹੌਲ ਤਾਂ ਬਲੋ ਧੰਨਵਾਦ ਕਰਦੇ ਹਾਂ ਜੀ ਉਧਰ ਸੂਰਤ ਸਿੰਘ ਜੀ ਸਰਪੰਚ ਸਾਹਿਬ ਸਰਦਾਰ ਸੂਰਤ ਸਿੰਘ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਜੀ ਇੱਕ ਵਾਰ ਅੱਗੇ ਆਇਓ ਇੱਕ ਵਾਰ ਸੰਗਤਾਂ ਦੇ ਨਾਲ ਫਤਿਹ ਸਾਂਝੀ ਕਰੋ ਨਗਰ ਦੇ ਵੱਡੇ ਮੁਖੀ ਨੇ ਜੀ ਸਰਪੰਚ ਸੂਰਤ ਸਿੰਘ ਜੀ ਬੰਬ ਬਹੁਤ ਵੱਡਾ ਮਹਾਨ ਜਿਨ੍ਹਾਂ ਦੇ ਪਿਆਰ ਸਦਕਾ ਸਾਬਕਾ ਸਰਪੰਚ ਸਰਦਾਰ ਕੁਲਵਿੰਦਰ ਸਿੰਘ ਜੀ ਬੜਾ ਪਿਆਰ ਮਿਲਿਆ ਤੇ ਹੁਣ ਮੈਂ ਬੇਨਤੀ ਕਰ ਦੂੰਗਾ ਸਰਦਾਰ ਸੂਰਤ ਸਿੰਘ ਜੀ ਸਰਪੰਚ ਸਾਹਿਬ ਇੱਕ ਵਾਰ ਸੰਗਤਾਂ ਦੇ ਨਾਲ ਕੇ ਫਤਿਹ ਸਾਂਝੀ ਕਰੋ ਜੀ ਤੇ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਤੇ ਬਹੁਤ ਵਧੀਆ ਮਾਹੌਲ ਉਧਰ ਦੇਖੋ ਕਿਹੜਾ ਪਹਿਲਵਾਨ ਨੇ ਕੁਸ਼ਤੀ ਜਿੱਤ ਪ੍ਰਾਪਤ ਕਰ ਸਾਡੇ ਵਿਪਨ ਭਾਜੀ ਤੇ ਅਮਨਵੀਰ ਉਹਨਾਂ ਦੀ ਤਰਫੋਂ ਜਿੱਤਣ ਵਾਲੇ ਮਾਲ ਦੇ ਲਈ 100 ਰੁਪਏ ਦੇ ਵੱਡੇ ਮਾਣ ਹੋਣਗੇ ਵਿਪਨ ਮੇਰਾ ਵੀਰ ਤੇ ਅਮਨ ਭਾਜੀ ਉਹਨਾਂ ਵੱਲੋਂ 100 ਰੁਪਏ ਦੇ ਮਾਣ ਹੋਣਗੇ ਦਰਸ਼ਨ ਸਿੰਘ 100 ਰੁਪਏ ਸੀ ਦਰਸ਼ਨ ਸਿੰਘ ਸੰਧੂ ਦੇ ਸਰਦਾਰ ਸੁਖਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਕੌਂਸਲਰ ਸਾਹਿਬ ਪੁੱਜੇ ਨੇ ਉਹਨੇ ਬੇਨਤੀ ਹੈ ਵੀ ਸਟੇਜ ਤੇ ਆਉਣਗੇ ਸਰਦਾਰ ਸੁਖਵਿੰਦਰ ਸਿੰਘ ਜੀ ਢਿੱਲੋਂ ਸਾਹਿਬ ਉਹਨਾਂ ਨੂੰ ਬੇਨਤੀ ਹੱਥ ਬੰਨ ਕੇ ਵੀ ਉਹ ਕਿਰਪਾ ਕਰਕੇ ਮੰਚ ਤੇ ਆਉਣਗੇ ਲਓ ਸਾਹਮਣੇ ਬਹੁਤ ਹੀ ਸ਼ਾਨਦਾਰ ਗੁਫਤੀ ਕਿ ਹੁਣ ਪਤਾ ਲੱਗੂ ਦੁੱਧ ਕਿਹਨੇ ਪੀਤਾ ਨਾਲ ਬਦਾਮਾਂ ਦੇ ਵਿੱਚ ਖਾੜੇ ਪਰਖੇ ਜਾਂਦੇ ਜ਼ੋਰ ਜਵਾਨਾਂ ਦੇ ਉੱਧਰ ਸਰਦਾਰ ਹਰਵਿੰਦਰ ਸਿੰਘ ਜੀ ਹਾਂ ਬਾਈ ਅੱਪੂ ਦੇ ਡੈਡੀ ਜੀ ਸੰਧੂ ਸਾਹਿਬ ਉਹਨਾਂ ਵੱਲੋਂ ਵੀ 500 ਰੁਪਇਆ ਜਿੱਤਣ ਵਾਲੇ ਪਹਿਲਵਾਨ ਨੂੰ ਨਾਮ ਆ ਗਿਆ ਉੱਥੇ ਜਮ੍ਹਾਂ ਕਰਵਾ ਦਿਓ ਜੀ ਮੈਂ ਬੇਨਤੀ ਕਰਦਾ ਸੂਰਤ ਸਿੰਘ ਜੀ ਅੱਗੇ ਆਇਓ ਕਮੈਂਟ ਜੀ ਲਾ ਜੀ ਸਰਪੰਚ ਸੂਰਤ ਸਿੰਘ ਜੀ ਬਈ ਕਈ ਵਾਰ ਨਹੀਂ ਪਤਾ ਹੁੰਦਾ ਵੀ ਨਗਰ ਦਾ ਕਿਹੜਾ ਸਰਪੰਚ ਹੈ ਇਹਨੇ ਸਾਡੇ ਸਰਦਾਰ ਸੂਰਤ ਸਿੰਘ ਜੀ ਸਰਪੰਚ ਸਾਹਿਬ ਫਤਿਹ ਸਾਂਝੀ ਕਰੋ ਜੀ ਸੰਗਤਾਂ ਦੇ ਨਾਲ ਬਈ ਜੇ ਵਧੀਆ ਕੰਮ ਕੀਤਾ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਸਾਰੀ ਸੰਗਤ ਨੂੰ ਬੇਨਤੀ ਹੈ ਜੀ ਤਾਂ ਇਹਦੇ ਨੂੰ ਧੰਨਵਾਦ ਕਰਦੇ ਹਾਂ ਸਰਪੰਚ ਸੂਰਤ ਸਿੰਘ ਜੀ ਬੰਬ ਬਹੁਤ ਵਧੀਆ ਵੀ ਸਮੁੱਚੀ ਪੰਚਾਇਤ ਵੱਲੋਂ ਇਕੱਤਰ ਤੋਂ ਕੇ ਇਹ ਕੁਸ਼ਤੀ ਦੰਗਲ ਕਰਵਾਇਆ ਜਾਂਦਾ ਸਰਪੰਚ ਸੂਰਤ ਸਿੰਘ ਜੀ ਬੰਬ ਇਹਨਾਂ ਦਾ ਵੀ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਕੁਸ਼ਤੀ ਬਹੁਤ ਵਧੀਆ ਮਾਹੌਲ ਕਿੱਕਰ ਕੱਲੂ ਗਾਮਾ ਉਹ ਕਿੱਕਰ ਕੱਲੂ ਗਾਮਾ ਦਿਲੋਂ ਭੁਲਾਤੇ ਲੋਕਾਂ ਨੇ ਆ ਰੁੜਦੀ ਜਾਵੇ ਜ਼ਬਾਨੀ ਬੈਲ ਵਧਾ ਲਏ ਲੋਕਾਂ ਨੇ ਰੁੜਦੀ ਜਾਵੇ ਜ਼ਬਾਨੀ ਬੈਲ ਵਧਾ ਲਏ ਲੋਕਾਂ ਨੇ ਪੰਜਾਬੀ ਲੋਕਾਂ ਵਿੱਚ ਨੁਕਸ ਪੈ ਗਏ ਹੈ ਵਿੱਚ ਨਸ਼ਿਆਂ ਦੇ ਵੜ ਗਏ ਥਾਂ ਥਾਂ ਪਿੰਡਾਂ ਵਿੱਚ ਹੋ ਕੇ ਠੇਕੇ ਜਾ ਤੜਕੇ ਹੀ ਖੜ ਠੀਕ ਹੈ ਜੀ ਸਰਦਾਰ ਮੱਖਣ ਸਿੰਘ ਜੀ ਵੱਲੋਂ 100 ਰੁਪਇਆ ਇਹਨਾਂ ਦੋਨਾਂ ਪਹਿਲਵਾਨ ਨੂੰ ਜਮ੍ਹਾਂ ਕਰਾ ਦਿਓ ਜੀ ਉੱਥੇ ਸਰਦਾਰ ਮੱਖਣ ਸਿੰਘ ਜੀ ਵੱਲੋਂ 100 ਰੁਪਇਆ ਦੋਨੇ ਪਹਿਲਵਾਨ ਨੂੰ ਇਨਾਮ ਦਿੱਤਾ ਜਾਣਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਈ ਜਿੰਨੀ ਵੀ ਉੱਥੇ ਸੰਗਤ ਪਹੁੰਚੀ ਹੈ ਸਮੁੱਚੀ ਪੰਚਾਇਤ ਵੱਲੋਂ ਮੇਲਾ ਕਮੇਟੀ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸਰਪੰਚ ਸੂਰਤ ਸਿੰਘ ਜੀ ਵੱਲੋਂ ਵੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਮਾਨਯੋਗ ਸਰਦਾਰ ਅਮਰੀਕ ਸਿੰਘ ਜੀ MLA ਹਲਕਾ ਸਮਰਾਲਾ ਕਿਉਂਕਿ ਕੋਈ ਸਮਾਂ ਸੀ ਜਦੋਂ ਰਾਜਿਆਂ ਦੀਆਂ ਰਿਆਸਤਾਂ ਹੋਇਆ ਕਰਦੀਆਂ ਸੀ
ਅਲਾ ਖੋਟ ਕੱਢ ਦਿੱਤਾ ਬਈ ਰਿਕਾਰਡ ਕਾਇਮ ਕੀਤਾ 8-10 ਕੁ ਆਰ ਪਾਰ ਦੀ ਕੁਸ਼ਤੀ ਸਰਦਾਰ ਪਰਮਿੰਦਰ ਸਿੰਘ ਜੀ ਡੋਮ ਸ਼ੇਰੀ ਦੇ ਹਿੱਸੇ ਵਿੱਚ ਆਈ ਸਾਡੇ ਰੋਸਤ ਮੇਹਨ ਸਰਦਾਰ